हेलो बच्चों, आगे जी अपन लेसन नंबर 10 ते 10 दियां शीटां अपन सॉल्व करनियां ने। बहुत ज्यादा टाइम अपन थोड़ा लेना नहीं, 4-5 मिनट च अपन शीट सॉल्व कर देनी है। सो काफी इंपॉर्टेंट क्वेश्चन ने जी। कई बार कहना भारी कसरत तो बाद मांसपेशियां विच अणअकसी साह क्रिया होंदी है, नतीजे विच की बनता? लैक्टिक एसिड बनता जी, और जिहड़ा हैगा तुहाडे कोल ते साडियां लत्तां च दर्द वगैरह बहुत होण लग जांदी है तुहाडे कोल। ठीक है जी, हुण अग्गे की कहिंदा? कहिंदा उरे इक है, ए इक है, वी आह पोर्शन किहड़ा है ते जिहड़ा आह पोर्शन है इन्हां दा नेम दसणा है। पहला इक है तां पहला इक दा ही आंसर देना हैगा, फिर दो है तो दो दसो। इतों थोड़ी आसान वाली आ रही है जी, एरो इतने नहीं दिता, तो नक् दिख रहा थोड़े को, बट ये उरे एरो दे रहा, उरे दे रहा है एरो। ठीक है, आ एक ते एरो है, आ दो ते एरो, इन्हों के नाम लिखने हैं। सो साह नली ते फेफड़े होगा यदा, तो साह नली ते फेफड़े पहले वाला हो गया थोड़े को। ठीक हो गया जी, सो जोड़ा है थोड़े को वाला हो गया। चलिए जी अगे, थोड़े को हूँ अगे चलिए, थोड़े को जोड़ा है क्वेश्चन ਉਹਦੇ ਵਿੱਚ ਦੇਖੀਏ ਤੁਹਾਡੇ ਕੋਲ ਜਿਹੜਾ ਹੈਗਾ ਏ, ਕਹਿੰਦਾ ਸੈਲੀ ਸਾਹ ਕਿਰਿਆ, ਠੀਕ ਹੈ, ਹੁੰਦੀ ਹੈ ਸੈਲੀ ਸਾਹ ਕਿਰਿਆ। ਜਦੋਂ ਨੇ ਕਹਿ ਹੀ ਦਿੱਤਾ ਸੈਲੀ ਸਾਹ ਕਿਰਿਆ, ਤਾਂ ਸ਼ਿਓਰਲੀ ਸ਼ਿਓਰਲੀ ਸੈੱਲਾਂ ਵਿੱਚ ਹੀ ਹੋਊਗੀ ਇਹ ਤੁਹਾਡੇ ਕੋਲ। ਠੀਕ ਹੈ ਜੀ, ਤੋ ਸੈੱਲਾਂ ਵਿੱਚ ਹੋਊਗੀ, ਤਾਂ ਫਿਰ ਆਪਸ਼ਨ ਨੰਬਰ ਕੀ ਹੈ? ਆਪਸ਼ਨ ਨੰਬਰ ਊੜਾ ਹੀ ਆ ਜਾਏਗੀ, ਸੈੱਲਾਂ ਵਿੱਚ ਹੁੰਦੀ ਹੈ। ਠੀਕ ਹੋ ਗਿਆ ਜੀ, ਚਲੀਏ ਅਗਲੇ ਤੀਸਰੇ ਕੁਐਸਚਨ ਤੇ। ਸਰਦੀਆਂ ਦੌਰਾਨ ਸ਼ੀਸ਼ੇ ਦੀ ਸਤਹ ਉੱਤੇ ਵਾਸ਼ਪ ਕਣਾਂ ਦੀ ਪਤਲੀ ਪਰਤ, ਜਦੋਂ ਸ਼ੀਸ਼ੇ ਕੋਲ ਜਾ ਕੇ ਹਵਾ ਛੱਡਣੀ ਪੈਂਦੀ, ਖਿੱਚਣੀ ਨਹੀਂ ਪੈਂਦੀ। ਸੋ ਜਦੋਂ ਤੁਸੀਂ ਹਵਾ ਬਾਹਰ ਕੱਢਦੇ ਹੋ ਸਾਹ ਲੈਣ ਲੱਗੇ, ਫਿਰ ਤੋੜ ਜਾਂਦੀ ਹੈ? ਚੈੱਕ ਕਰਕੇ ਦੇਖਿਓ ਤੁਹਾਡੇ ਕੋਲ। ਉਸ ਤੋਂ ਬਾਅਦ ਸੈੱਲਾਂ ਵਿੱਚ ਭੋਜਨ ਦੇ ਵੱਖ ਵੱਖ ਘਟਣ ਟੁੱਟਣ ਦੀ ਪ੍ਰਕਿਰਿਆ, ਸੈੱਲਾਂ ਦੇ ਵਿੱਚ ਭੋਜਨ ਨੇ ਟੁੱਟਣਾ, ਤਾਂ ਸੈਲੀ ਸਾਹ ਕਿਰਿਆ ਹੁੰਦੀ ਹੈਗੀ ਹੈ ਤੁਹਾਡੇ ਕੋਲ। ਠੀਕ ਹੈ ਜੀ, ਸੋ ਅੱਗੇ ਚੱਲੀਏ ਜੀ। ਗਲੂਕੋਸ ਵਿੱਚ ਤਾਂ ਆਕਸੀਜਨ ਦੀ ਮੌਜੂਦਗੀ, ਜੇ ਆਕਸੀਜਨ ਦੀ ਮੌਜੂਦਗੀ ਹੋਵੇ ਤਾਂ ਆਕਸੀ ਸਾਹ ਕਿਰਿਆ ਹੁੰਦੀ ਹੈ, ਤੇ ਜੇ ਗੈਰ ਮੌਜੂਦਗੀ ਹੋਵੇ ਤਾਂ ਅਣਆਕਸੀ ਹੁੰਦੀ ਹੈ। ਠੀਕ ਹੈ ਜੀ, ਤੋ ਇਹ ਹੋ ਗਿਆ ਜੀ ਤੁਹਾਡੇ ਕੋਲ। ਠੀਕ ਹੈ, ਕਹਿੰਦਾ ਸਰੀਰ ਵਿੱਚੋਂ ਨਿਕਲਣ ਵਾਲੀ ਹਵਾ ਵਿੱਚ ਕਾਰਬਨ ਡਾਈਆਕਸਾਈਡ ਦੀ ਹੋਂਦ ਪਰਖਣ ਲਈ ਚੂਨੇ ਦਾ ਪਾਣੀ ਵਰਤਦੇ ਹਾਂ ਜੀ ਆਪਾਂ ਤੁਹਾਡੇ ਕੋਲ। ਠੀਕ ਹੈ ਜੀ, ਭੋਜਨ ਦਾ ਆਕਸੀਕਰਨ ਸੈੱਲ ਵਿੱਚ ਕਿੱਥੇ ਹੁੰਦਾ ਹੈ? ਮਾਈਟੋਕਾਂਡਰੀਆ, ਮਾਈਟੋਕਾਂਡਰੀਆ ਦੇ ਵਿੱਚ ਹੁੰਦਾ ਹੈ। ਠੀਕ ਹੈ ਜੀ, ਸੋ ਇਹ ਵਾਲਾ ਵੀ ਤੁਹਾਡਾ ਹੋ ਗਿਆ। ਸੋ 8 ਕੁਐਸਚਨ ਆਪਾਂ ਨੇ ਕੰਪਲੀਟ ਕਰਤੇ ਜੀ ਤੁਹਾਡੇ ਕੋਲ। ਸੋ 2 ਮਿੰਟ ਤੁਹਾਡੇ ਲਈ ਨੇ, 2 ਹੋਰ ਲੈਣੇ ਆ। ਸੈੱਲ ਲੈਣ ਦੇ ਢੰਗਾਂ ਦੇ ਆਧਾਰ ਤੇ ਹੇਠ ਲਿਖਿਆਂ ਵਿੱਚੋਂ ਕਿਹੜਾ ਜੀਵ ਅਲੱਗ ਹੈ? ਠੀਕ ਹੈ ਜੀ, ਮੱਛੀ ਅਲੱਗ ਹੈ ਜੀ, ਇਹ ਸਾਰੇ ਬਾਕੀ ਮੱਛੀ ਵਿੱਚ ਗਿਲਜ ਹੁੰਦੇ, ਆਪਣੇ ਵਿੱਚ ਸਾਰਿਆਂ 'ਚ ਫੇਫੜੇ ਹੁੰਦੇ ਆ ਤੁਹਾਡੇ ਕੋਲ। ਠੀਕ ਹੈ ਜੀ, ਤੋ ਮਾਂ ਤੇ ਤੋਤਾ, ਮੱਛੀ ਡਿਫਰੈਂਟ ਹੈ ਜੀ, ਬਸ ਸਿੰਪਲ ਜੀ ਗੱਲ ਹੈ, ਬਾਕੀਆਂ ਦੀ ਸਿਮਿਲਰ ਕੁਛ ਨਾ ਕੁਛ ਸਿਮਿਲਰ ਹੁੰਦਾ। ਨੱਕ ਦੇ ਵਾਲਾਂ ਦਾ ਕੰਮ ਕੀ? ਕੋਈ ਵੀ ਅਨਵਾਂਟਡ ਪਦਾਰਥ ਅੰਦਰ ਨਹੀਂ ਜਾਣ ਦਿੰਦਾ, ਤੂੜ ਕਰਨ ਨੌਕਰ ਵਾਲਾ ਹੈਗਾ ਤੁਹਾਡੇ ਕੋਲ। ਠੀਕ ਹੈ ਜੀ, ਉਸ ਤੋਂ ਬਾਅਦ ਅਰਪਿਤਾ ਨੇ ਜਲ ਪਾਰਕ ਵਿੱਚ ਗਈ, ਉੱਥੇ ਡੋਲਫਿਨ ਦੇਖੀਆਂ, ਉਹ ਡੋਲਫਿਨ ਪਾਣੀ ਦੇ ਤਲ ਤੇ ਆਈਆਂ ਤੇ ਮੂੰਹ ਵਿੱਚੋਂ ਪਾਣੀ ਬਾਹਰ ਕੱਢਿਆ। ਠੀਕ ਹੈ, ਤੋ ਜਿਹੜਾ ਹੈਗਾ ਇਹ ਹੁਣ ਕੀ ਕਰ ਰਹੀ ਹੈ ਡੋਲਫਿਨ? ਡੋਲਫਿਨ ਪਾਣੀ ਚੋਂ ਬਿਨਾਂ ਆਕਸੀਜਨ ਅੰਦਰ ਲੈ ਕੇ ਜਾ ਰਹੀ ਹੈ, ਕਾਰਬਨ ਡਾਈਆਕਸਾਈਡ ਕੱਢ ਰਹੀ ਹੈ। ਸੋ ਦੋਨੋਂ ਆਪਸ਼ਨਾਂ ਸਾਡੀਆਂ ਕਰੈਕਟ ਹੋ ਜਾਣਗੀਆਂ ਤੁਹਾਡੇ ਕੋਲ। ਆਕਸੀ ਸਾਹ ਕਿਰਿਆ ਦੌਰਾਨ ਪੈਦਾ ਹੋਏ ਉਤਪਾਦਾਂ ਵਿੱਚ ਕਾਰਬਨ ਡਾਈਆਕਸਾਈਡ ਦੀ ਊਰਜਾ ਹੁੰਦੀ ਹੈ, ਇਸ ਤੋਂ ਇਲਾਵਾ ਕੀ ਹੁੰਦਾ? ਇਸ ਤੋਂ ਇਲਾਵਾ ਪਾਣੀ ਹੁੰਦਾ ਜੀ ਤੁਹਾਡੇ ਕੋਲ। ਠੀਕ ਹੈ, ਲੈਂਟੀ ਸੈੱਲਾਂ ਦਾ ਮੁੱਖ ਕਾਰਜ ਕੀ ਹੈ? ਠੀਕ ਹੈ ਜੀ, ਗੈਸਾਂ ਦਾ ਆਦਾਨ ਪ੍ਰਦਾਨ ਹੁੰਦਾ। ਸੋ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ, ਇਸ ਕੁਐਸਚਨ ਦਾ ਖਿਆਲ ਰੱਖਣਾ, ਇਸਨੇ ਤੁਹਾਨੂੰ ਐਗਜ਼ਾਮ 'ਚ ਮਿਲ ਜਾਣਾ ਹੈਗਾ ਹੈ। ਠੀਕ ਹੈ, ਇਸ ਤੋਂ ਪਹਿਲਾਂ ਜਿਹੜਾ ਕੁਐਸਚਨ ਹੈ ਆਹ ਅਰਪਿਤਾ ਵਾਲਾ ਡੋਲਫਿਨ ਵਾਲਾ ਕੁਐਸਚਨ ਵੀ ਬੜਾ ਇੰਪੋਰਟੈਂਟ ਕੁਐਸਚਨ ਹੈ। ਸੋ ਇਹ ਤੁਸੀਂ ਜਿਹੜਾ ਹੁਣ ਜਦੋਂ ਤੁਸੀਂ ਪ੍ਰਿਪੇਅਰ ਕਰਨਾ ਹੈ ਆਪਣਾ ਸਤੰਬਰ ਟੈਸਟ, ਇਹ ਸਾਰੇ ਕੁਐਸਚਨ ਆਉਣੇ ਨੇ। ਠੀਕ ਹੈ, ਗੈਸਾਂ ਦੇ ਆਦਾਨ ਪ੍ਰਦਾਨ ਦੀਆਂ ਛੋਟੀਆਂ ਪਤਲੀਆਂ ਕੰਧਾਂ ਗੁਬਾਰੇ ਵਰਗੀਆਂ ਸੰਰਚਨਾਵਾਂ ਕੀ ਹੁੰਦੀਆਂ ਹਨ? ਠੀਕ ਹੈ, ਅਲਵੀ ਓਲਾਈ। ਠੀਕ ਹੋ ਗਿਆ, ਨੱਕ ਦਾ ਕਿਹੜਾ ਹਿੱਸਾ ਧੂੜ ਕਣਾਂ ਤੋਂ ਰੋਕਦਾ ਹੈ? ਵਾਲ ਰੋਕਦੇ ਨੇ ਜੀ। 24 ਘੰਟਿਆਂ 'ਚ ਕਿੰਨੀ ਵਾਰ ਸਾਹ ਲੈਂਦਾ ਹੈ? 28,800। ਠੀਕ ਹੈ ਜੀ, ਸੋ ਆਪਾਂ ਕੁਐਸਚਨ ਨੰਬਰ 16 ਤੇ ਪਹੁੰਚ ਗਏ ਜੀ, 16 ਦਾ ਈ ਕਰ ਲਿਆ ਆਪਾਂ। ਠੀਕ ਹੈ, ਕਿਸ ਹਾਲਤ ਵਿੱਚ ਸਾਹ ਦੀ ਦਰ ਸਭ ਤੋਂ ਘੱਟ ਹੁੰਦੀ ਹੈ? ਜਦੋਂ ਸੁੱਤੇ ਪਏ ਹੁੰਦੇ ਹੋ ਤੁਹਾਡੇ ਕੋਲ। ਠੀਕ ਹੈ ਜੀ, ਉਸ ਤੋਂ ਬਾਅਦ ਹੇਠ ਲਿਖਿਆਂ ਵਿੱਚੋਂ ਕਿਹੜੇ ਜਾਨਵਰ ਦੇ ਖੂਨ ਵਿੱਚ ਸਾਹ ਵਰਣਕ ਨਹੀਂ ਹੁੰਦੇ? ਠੀਕ ਹੈ, ਕਾਕਰੋਚ। ਤੋ ਇਹ ਵੀ ਇੰਪੋਰਟੈਂਟ ਹੈ ਜੀ ਤੁਹਾਡਾ ਕੁਐਸਚਨ। 19 ਨੰਬਰ ਕੁਐਸਚਨ, ਠੀਕ ਹੈ, ਅੰਗਾਂ ਵਿੱਚੋਂ ਕਿਸ ਵਿੱਚ ਖੂਨ ਅਤੇ ਆਕਸੀਜਨ ਉਲਟ ਦਿਸ਼ਾ ਵਿੱਚ ਵਹਿੰਦੇ ਹਨ? ਫੇਫੜੇ। ਠੀਕ ਹੈ, ਤੇ ਉਸ ਤੋਂ ਬਾਅਦ ਆ ਗਿਆ ਤੁਹਾਡੇ ਕੋਲ, ਹੇਠ ਲਿਖਿਆ ਕਿਹੜੇ ਹਾਲਤਾਂ ਵਿੱਚ ਸਰੀਰ ਦੀ ਊਰਜਾ ਦੀ ਮੰਗ ਵੱਧ ਹੁੰਦੀ ਹੈ? ਜਦੋਂ ਤੁਸੀਂ ਕਸਰਤ ਕਰਦੇ ਹੋ ਉਸ ਟਾਈਮ ਊਰਜਾ ਦੀ ਜਿਹੜੀ ਮੰਗ ਹੁੰਦੀ ਹੈ ਉਹ ਵੱਧ ਹੁੰਦੀ ਹੈਗੀ ਹੈ ਤੁਹਾਡੇ ਕੋਲ। ਠੀਕ ਹੈ ਜੀ, ਸੋ ਤੁਹਾਡੀ ਸ਼ੀਟ ਨੰਬਰ 10 ਸੀ ਜੀ, ਸ਼ੀਟ ਨੰਬਰ 10 ਆਪਾਂ ਨੇ ਸੋਲਵ ਕਰ ਦਿੱਤੀ ਤੁਹਾਡੇ ਕੋਲ। ਠੀਕ ਹੈ ਜੀ, ਸੋ ਮੇਰਾ ਖਿਆਲ ਹੈ ਜੀ ਤੁਹਾਨੂੰ ਸਾਰੀ ਠੀਕ ਠਾਕ ਸਮਝ ਆ ਗਈ ਹੋਵੇਗੀ।
ਠੀਕ ਹੋ ਗਿਆ। ਸੋ ਹੁਣ ਤੁਸੀਂ ਖਿਆਲ ਰੱਖਣਾ ਹੈਗਾ ਤੁਹਾਡੇ ਕੋਲ, ਤੁਸੀਂ ਕਰਨਾ ਕੀ ਹੈ ਤੁਹਾਡੇ ਕੋਲ, ਠੀਕ ਹੈ। ਸੋ ਤੁਸੀਂ ਕੀ ਕਰਨਾ ਹੈ, ਸ਼ੇਅਰ ਤੋਂ ਲਿਖਿਆ ਨਹੀਂ ਜਾਣਾ ਇਹਦੇ ਨਾਲ, ਤੁਹਾਡੇ ਕੋਲ ਕਲਰ ਚੇਂਜ ਕਰੀਏ, ਠੀਕ ਹੈ। ਸੋ ਤੁਸੀਂ ਸਬਸਕ੍ਰਾਈਬ ਕਰਨਾ ਹੈ ਜੀ ਤੁਹਾਡੇ ਕੋਲ, ਠੀਕ ਹੈ। ਫਟਾਫਟ ਸਬਸਕ੍ਰਾਈਬ ਕਰ ਦਿਓ ਜੀ, ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜੇ ਸ਼ੇਅਰ ਨਹੀਂ ਕੀਤਾ ਸ਼ੇਅਰ ਕਰ ਦਿਓ, ਠੀਕ ਹੈ। ਲਾਈਕ ਔਰ ਕਮੈਂਟ ਤਾਂ ਪੱਕਾ ਹੀ ਰੱਖ ਲਓ, ਜਦੋਂ ਵੀਡੀਓ ਦੇਖਦੇ ਹੋ ਜ਼ਰੂਰ ਕਰ ਦਿਆ ਕਰੋ, ਠੀਕ ਹੈ ਜੀ। ਥੈਂਕ ਯੂ।